ਤੱਕ ਗਤੀ ਫਿਰ ਵੀ ਜਸਟ ਨੋਰਮਲੀ ਦੱਸਣਾ ਹੈ ਵਧੀਆ ਸੀਗੇ ਪਹਿਲੀ ਵਾਰ ਸਿੱਖਾਦੇ ਆ ਵਧੀਆ ਬਣੇ ਆ ਹਮ ਇਹਦਾ ਆਏਗੇ ਦੇ ਅੱਗੇ ਵੀ ਰੱਖ ਸਕਦੇ ਇਹਨਾਂ ਨੂੰ ਇਹਦਾ ਠੰਡੇ ਵਗੈਰਾ ਦੇ ਨਾਲ ਹਮ ਹਮ ਵੀ ਤੇਰੀ ਉਸਮਾਇਲ ਸੋਹਣੀ ਨਹੀਂ ਹੁੰਦੀ ਜਿਹੜੀ ਕੈਮਰੇ ਅੱਗੇ ਹੁੰਦੀ ਆ ਉਹ ਹੁਣ ਆਪਦੀ ਤੇਰਾ ਰੋਜ਼ ਦਾ ਕੰਮ ਸਾਡਾ ਇੱਕ ਦਿਨ ਦਾ ਕੰਮ ਠੀਕ ਹੈ ਚਲ ਕੇ ਚੱਜ ਦੇ ਨਾਲ ਬੋਲ ਕੇ ਦਦਾਸ ਉਹਦੋਂ ਤਾਂ ਕਿੰਨੀ ਸੀ ਬਹੁਤ ਸਵਾਦ ਉਹ ਕਿ ਫਿਰ ਖਾਧਾ ਕਿਹਦੇ ਨਾਲ ਕਿਹਦੇ ਨਾਲ ਖਾਦੇ ਸੀਗੇ ਉਹਦੋਂ ਦਹੀਂ ਚੁਆ ਕੇ ਖਾਦੇ ਕਿਉਂ ਬੇਟਾ ਮੈਂ ਬਣੇ ਸੀ ਦਹੀਂ ਚਾਹ ਤੋਂ ਪਾਏ ਫਿਰ ਬੇਟਾ ਮੈਂ ਬਣਾਏ ਸੀ ਹੋਰ ਕੀ ਦੱਸ ਕਿਹੜੇ ਟਾਈਮ ਬਣਾਈਦੇ ਆ ਸਵੇਰ ਦੇ ਟਾਈਮ ਇਹ ਤਾਂ ਦੁਪਹਿਰ ਨੂੰ ਹੁੰਦਾ ਹੈ ਵੀ ਆਏ ਦੇ ਦੇ ਅੱਗੇ ਰੱਖੇ ਅਜਾ ਆਇਆ ਗਿਆ ਹੀ ਖਾ ਸਕਦਾ ਕਰੀ ਨਹੀਂ ਖਾ ਸਕਦੇ ਨਹੀਂ ਕੋਈ ਅਮਰਜੈਂਸੀ ਚ ਪਰੋਣਾ ਆਵੇ ਉਹਦੇ ਅੱਗੇ ਆਪ ਰੱਖ ਸਕਦੇ ਆ ਬਣਾ ਕੇ ਅੱਛਾ ਠੀਕ ਤੇ ਚਾਹ ਦੇ ਨਾਲ ਕੀ ਰਿਵਿਊ ਆ ਚਾਹਨਾ ਕਿਦਾਂ ਦੇ ਲੱਗਣ ਪਿੰਡੀ ਨਹੀਂ ਸਵਾਲ ਲੱਗਣੀ ਜਿੱਚਲਾਈ ਜੀ ਸੀ ਨਾ ਪਿੰਡੀ ਦੇ ਵਿੱਚ ਕਿਉਂ ਫ੍ਰੈਂਚ ਫ੍ਰਾਈਜ਼ ਆ ਰਗਾ ਟੇਸਟ ਸੀਗਾ ਟੇਸਟ ਤਾਂ ਸਹੀ ਆ ਪਰ ਉਹ ਚਿਕਨਾ ਸੀ ਅੱਛਾ ਕੋਲਡ ਡਰਿੰਕ ਨੇ ਵਧੀਆ ਲੱਗੋਗੇ ਵਧੀਆ ਲੱਗੇਗਾ most of the time ਜਿਹੜਾ ਫਰਸਟ ਵੀਊ ਹੁੰਦਾ ਆ ਮੇਰੀ ਵੀਡੀਓ ਤੇ ਮੇਰੀ ਮੰਮੀ ਦਾ ਹੀ ਹੁੰਦਾ ਆ ਠੀਕ ਆ ਸੋ ਉਸ ਦੇ ਲਈ ਅਸੀਂ ਥੋੜਾ ਡਿਸਕਸ ਚੱਲ ਰਿਹਾ ਸੀਗਾ ਕਿ ਹਾਂ ਮੰਮੀ ਮੈਨੂੰ ਦੱਸ ਦੇ ਹੁੰਦੇ ਕਿ ਆਹ ਵੀਡੀਓ ਚ ਇਦਾਂ ਆ ਇਦਾਂ ਆ ਹਨਾ ਸੋ ਕਮੀ ਪੇਸ਼ੋ ਜੋ ਵੀ ਉਹ ਦੱਸ ਦਿੰਦੇ ਹੁੰਦੇ ਆ ਹਨਾ ਸੋ ਪਿੱਛੇ ਜਿਹੜੀ ਤੁਸੀਂ ਕਲਿੱਪ ਦੇਖਿਆ ਮੰਮੀ ਆ ਤੇ ਮੰਮੀ ਉਹਨਾਂ ਦੇ ਬਾਰੇ ਗੱਲ ਕਰ ਰਹੀ ਹੈ ਠੀਕ ਆ ਸੋ ਨੈਕਸਟ ਇਹ ਪਿੰਡੀਆਂ ਦੇ ਨਾਲ ਅਸੀਂ ਇੱਕ ਰੈਸিপি ਬਣਾਈ ਹੈ ਜਿਹੜੀ ਮੰਮੀ ਨੇ ਗੱਲ ਕੀਤੀ ਉਹਦੇ ਹੀ ਜਿਹੜੀ ਰਿਵਿਊ ਤੁਹਾਡੇ ਨਾਲ ਸ਼ੇਅਰ ਕਰ ਰਹੀ ਹੈ ਠੀਕ ਆ ਸੋ ਇਹ ਜਿਹੜੀਆਂ ਪਿੰਡੀਆਂ ਹੈਗੀਆਂ ਫਸਟ ਆਫ 올 ਇਨਨੂੰ ਕਿੱਦਾਂ ਕੱਟ ਕਰਨਾ ਹੈ ਲੰਮੀਆਂ ਕੱਟ ਕਰਕੇ ਆਫਟਰ ਦੈਨ ਉਹਦੇ ਚ ਤਿੰਨ ਜਿਹੜੇ ਚੀਰੇ ਜੇ ਕੱਟ ਜੇ ਲਾਣੇ ਆ ਠੀਕ ਹੈ ਤੇ ਜੋਮਾ ਜਿਹੜਾ ਇਹਦਾ ਟੇਸਟ ਹੈਗਾ ਆ ਜਿੱਦਾਂ ਆਪਾਂ ਵਿਆਹਾਂ ਦੇ ਵਿੱਚ ਪਾਲਕ ਵਾਲੇ ਪਕੌੜੇ ਖਾਣੇ ਆ ਸੋ ਉਦਾਂ ਦਾ ਸੇਮ ਹੁੰਦਾ ਟੇਸਟ ਠੀਕ ਆ ਸੋ ਇਹਨਾਂ ਨੂੰ ਕਿੱਦਾਂ ਬਣਾਉਣਾ ਆ ਮੈਂ ਵੀ YouTube ਤੋਂ ਵੀਡੀਓ ਦੇਖੀ ਸੀਗੀ ਆਫਟਰ ਦੈਨ ਟਰਾਈ ਕੀਤਾ ਸੀ ਵੀਡੀਓ ਵੀ ਬਣਾ ਲਈ ਸੀ ਮੈਂ ਸੋਚਿਆ ਜੇ ਵਧੀਆ ਹੋਊਗਾ ਤਾਂ ਮੈਂ ਵੀਡੀਓ ਜ਼ਰੂਰ ਅਪਲੋਡ ਕਰੂੰਗੀ ਠੀਕ ਹੈ ਐਜ਼ ਅ ਵਲੌਗ ਮੈਂ ਜਿਹੜਾ ਆ ਵੀਡੀਓ ਨੂੰ ਅਪਲੋਡ ਕਰਨਾ ਠੀਕ ਆ ਸੋ ਜਿਹੜੀ ਇਹ ਪੀ ਨੂੰ ਕੱਟ ਲੈਣਾ ਹੈ ਜਿਹੜੇ ਭਿੰਡੀਆਂ ਦੇ ਬੀ ਹੁੰਦੇ ਆ ਇਹ ਚੰਗੀ ਤਰ੍ਹਾਂ ਆਪਾਂ ਨੂੰ ਲਾਈਕ ਕਲੀਨ ਕਰਨੀਆਂ ਭਿੰਡੀਆਂ ਠੀਕ ਹੈ ਜਿਹੜੇ ਬੀ ਆ ਉਹ ਆਪਾਂ ਸਾਰੇ ਕੱਢ ਦੇਣੇ ਆ ਠੀਕ ਹੈ ਚੰਗੀ ਤਰ੍ਹਾਂ ਜਿਹੜੀਆਂ ਭਿੰਡੀਆਂ ਕੋਈ 1 ਤੋਂ 1.5 ਕਿਲੋ ਹੋਣੀਆਂ ਆ ਮੈਂ ਆਪਣੀ ਫੈਮਿਲੀ ਦੇ ਅਕੋਰਡਿੰਗ ਜਿਹੜੀਆਂ ਅਸੀਂ ਇਹ ਜਿਹੜੀ ਚੀਜ਼ ਇਹਨੂੰ ਡਰਾਈ ਕੀਤਾ ਸੀ ਵੀ ਇਦਾਂ ਦੇ ਸੀਗਾ ਕਿ ਖਰਾਬ ਤਾਂ ਨਹੀਂ ਹੋਣਗੀਆਂ ਵਧੀਆ ਹੀ ਬਣਣਗੀਆਂ ਹਨਾ ਸੋ ਚੰਗੀ ਤਰ੍ਹਾਂ ਸੀ ਇਹਨਾਂ ਨੂੰ ਕੱਟ ਲਾ ਲੇ ਡੇਢ ਕਿਲੋ ਪਿੰਡੀ ਹੋਣੀ ਹੈ ਉਸ ਤੋਂ ਬਾਅਦ ਚੰਗੇ ਜਿਹੜੇ ਬੀਓ ਕਲੀਨ ਕਰ ਲੇ ਕੜਾਈ ਦੇ ਵਿੱਚ ਅਸੀਂ ਕੜਾਈ ਦੇ ਵਿੱਚ ਤੇਲ ਪਾ ਲਿਆ ਸੋ ਇੱਥੇ ਕੀ ਕੁਛ ਲਿਆ ਆ ਫਸਟ ਮੈਦਾ ਅਜਵਾਇਨ ਲਈ ਆ ਚੋਲਾ ਦਾ ਆਟਾ ਲਿਆ ਆ ਨੈਕਸਟ ਜਿਹੜਿਆ ਵੀ ਆਪਾਂ ਲੂਣ ਮਿਰਚ ਮਸਾਲਾ ਜੋ ਵੀ ਸਪਾਈਸ ਹੁੰਦੇ ਉਹ ਇਕੱਠਾ ਕੀਤਾ ਸੀਗਾ ਔਰ ਨੈਕਸਟ ਜੋ ਕੀ ਬੋਲਦੇ ਐ ਨੂੰ ਅਬ ਵੀਡੀਓ ਅੱਗੇ ਚੱਲ ਗਈ ਐ ਪਤਾ ਨਹੀਂ ਮੈਂ ਕਿੱਥੇ ਰਹਿ ਗਈ ਵੀਡੀਓ ਜਿਹੜਾ ਰਹਿ ਗਿਆ ਨਾ ਉਹ ਸੀਗਾ ਬੇਸਣ ਠੀਕ ਹੈ ਇੱਕ ਨਿੰਬੂ ਲਿਆ ਸੀਗਾ ਠੀਕ ਹੈ ਨੈਕਸਟ ਜਿਹੜੇ ਸਪਾਈਸ ਐ ਇਹਨਾਂ ਨੂੰ ਇਕੱਠਾ ਕਰ ਲਿਆ ਜੋ ਵੀ ਲੂਣ ਮਿਰਚ ਮਸਾਲਾ ਉਹ ਇਕੱਠਾ ਕਰਕੇ ਪਾਤਾ ਠੀਕ ਹੈ ਜਿਹੜਾ ਵੈਂਡ ਪਾਈ ਆਹ ਜਿਹੜਾ ਬੇਸਣ ਹੈਗਾ ਉਹੋ ਪਾਇਆ ਆ ਠੀਕ ਆ ਸੋ ਨੈਕਸਟ ਇਹਦੇ ਵਿੱਚ ਜਿਹੜਾ ਚੋਲਾਂ ਦਾ ਆਟਾ ਉਹਦੀ ਕੁਆਂਟੀਟੀ ਉਹ ਥੋੜੀ ਘੱਟ ਰੱਖਣੀ ਐ ਠੀਕ ਹੈ ਬੇਸਣ ਜ਼ਿਆਦਾ ਐਡ ਕਰ ਸਕਦੇ ਆ ਔਰ ਨੈਕਸਟ ਆਪਾਂ ਜਿਹੜਾ ਮੈਦਾ ਉਹਨੂੰ ਜ਼ਿਆਦਾ ਪਾ ਸਕਦੇ ਆ ਠੀਕ ਹੈ ਜਿਹੜਾ ਚੋਲਾਂ ਦਾ ਆਟਾ ਉਹ ਤੁਸੀਂ ਜਸਟ ਜੇ ਤੁਸੀਂ 1.5 ਕਿਲੋ ਭਿੰਡੀ ਹੈਗੀ ਆ ਦੈਨ ਦੋ ਜਿਹੜੇ ਚਮਚ ਐ ਜਿਹਦਾ 1.5 ਕਿਲੋ ਪਿੰਡੀ ਹੈਗੀ ਉਹਦੇ ਵਿੱਚ इजीली ਇੱਕ ਜਿਹੜੀ ਕੋਲੀ ਹੈਗੀ ਬੇਸਣ ਚੱਲ ਜਾਊਗਾ ਔਰ ਨੈਕਸਟ ਜਿਹੜਾ ਮੈਦਾ ਹੈਗਾ ਉਹ ਵੀ ਇੱਕ ਜਾਂ ਅੱਧੀ ਕੋਲੀ ਚੱਲ ਜਾਊਗਾ ਠੀਕ ਹੈ ਜੋ ਵੀ ਪਿੰਡੀਆਂ ਹੈਗੀਆਂ ਇਹਦੇ ਵਿੱਚ ਆਪਾਂ ਜਿਹੜਾ ਆਟਾ ਹੈਗਾ ਉਹਦੇ ਵਿੱਚ ਪਾ ਦਾਂਗੇ ਠੀਕ ਹੈ ਜਿਹੜੀ ਇਹ ਨਾ ਬਹੁਤ ਹੀ ਵਧੀਆ ਇਹਦਾ ਟੇਸਟ ਹੈਗਾ ਚੰਗੀ ਤਰ੍ਹਾਂ ਇਹਨੂੰ ਇਹਦੇ ਵਿੱਚ ਮਿਕਸ ਕਰਾਂਗੇ ਠੀਕ ਹੈ ਸੋ ਜਦੋਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਇੱਕ ਪਾਸੇ ਜਿਹੜਾ ਕੜਾਈ 'ਚ ਗਰਮ ਤੇਲ ਰੱਖਿਆ ਹੋਇਆ ਸਰੋਂ ਦਾ ਤੇਲ ਰੱਖਿਆ ਸੀਗਾ ਠੀਕ ਆ ਉਹੀ ਅਸੀਂ ਲਾਵਾਂਗੇ ਤੇ ਥੋੜਾ ਥੋੜਾ ਜਿਹਾ ਇਹਦੇ ਵਿੱਚ ਪਾ ਕੇ ਤੇ ਜਿਹੜਾ ਇਹ ਆਟਾ ਜਿਹੜਾ ਮਿਕਸਚਰ ਹੈਗਾ ਆ ਇਹਨੂੰ ਥੋੜਾ ਵੈਕਟ ਕਰਾਂਗੇ ਠੀਕ ਹੈ ਸੋ ਜਿਹੜਾ ਕੜਾਈ ਵਾਲਾ ਤੇਲ ਪੱਕਿਆ ਹੋਇਆ ਹੈਗਾ ਉਹ ਅਸੀਂ ਇਹਦੇ ਵਿੱਚ ਥੋੜਾ ਥੋੜਾ ਐਡ ਕਰਾਂਗੇ ਠੀਕ ਹੈ ਤਾਂ ਕਿ ਇਹ ਲਾਈਕ ਜਿਹੜਾ ਪਕੌੜੇ ਰਦਿਆ ਸੋ ਉਹ ਵੜੀ ਚੀਜ਼ ਵਾਂਗੂ ਬਣ ਜੂਗਾ ਠੀਕ ਹੈ ਸੋ ਇਹਦਾ ਜਿਹੜਾ ਟੇਸਟ ਸੀ ਨਾ ਮੈਨੂੰ ਫ੍ਰੈਂਚ ਫ੍ਰਾਈਜ਼ ਵਰਗਾ ਲੱਗਿਆ ਸੀ ਠੀਕ ਹੈ ਸਾਡੀਆਂ ਘਰ ਦੀਆਂ ਹੀ ਭਿੰਡੀਆਂ ਹੈਗੀਆਂ ਮਾਰਨਿੰਗ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਤੋੜਿਆ ਹੋਇਆ ਸੀ ਤਾਂ ਮੈਂ ਸੋਚਿਆ ਸਬਜੀ ਤਾਂ ਰੋਜ਼ ਖਾਣੇ ਕੁਝ ਨਵਾਂ ਟਰਾਈ ਕਰ ਲਏ ਨੇ ਮੈਂ ਇਹਨੂੰ ਇੱਕ ਵਾਰ ਪਹਿਲਾਂ ਟੇਸਟ ਕੀਤਾ ਸੀਗਾ ਸੋ ਦੈਟਸ ਵਾਈ ਮੈਂ ਸੋਚਿਆ ਇਹਨੂੰ ਘਰ ਵੀ ਇੱਕ ਵਾਰ ਬਣਾ ਲੈਨੇ ਆ ਠੀਕ ਹੈ ਸੋ ਜਿਹੜੀ ਇਹਨੂੰ ਜਦੋਂ ਆਪਾਂ ਬੜਾ ਜੋ ਆਇਲੇ ਦੇ ਵਿੱਚ ਐਡ ਕਰਦੇ ਨੇ ਇਹਦੀ ਜਿਹੜੀ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਆ ਠੀਕ ਹੈ ਇਹ ਸੋ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸਚਰ ਇਹਨੂੰ ਬਣਾ ਲਿਆ ਸੀਗਾ ਸੋ ਮੈਨੂੰ ਇੰਨਾ ਜਮਾ ਪਰਫੈਕਟਲੀ ਪਤਾ ਨਹੀਂਗਾ ਹਨਾ ਵੀ ਕਿੰਨੀ ਕਿੰਨੀ ਚੀਜ਼ ਐਡ ਕਰਨੀਆਂ ਸੋ ਮਤਲਬ ਕਿ ਇਦਾਂ ਦੀ ਥੋੜੀਆ ਪਿੰਡੀਆਂ ਦਿਖਾਈ ਦੇਣੀਆਂ ਚਾਹੀਦੀਆਂ ਠੀਕ ਹੈ ਬਾਅਦ ਵਿੱਚ ਅਸੀਂ ਉਹ ਜਿਹੜੇ ਲਾਈਕ ਐਜ਼ ਅ ਪਕੋੜੇ ਵਾਂਗੂ ਜਿਗਾਰੜ ਜਾਂ ਬਣ ਜਾਂਦਾ ਤੇਲ ਦੇ ਵਿੱਚ ਛੱਡਦੇ ਠੀਕ ਹੈ ਸੋ ਇਹ ਇਦਾਂ ਇਹਨਾਂ ਨੂੰ ਪਾਇਆ ਠੀਕ ਹੈ ਕਾਫੀ ਚਿਪਕ ਰਹੇ ਸੀਗੇ ਸਾਨੂੰ ਇਦਾਂ ਲੱਗ ਰਿਹਾ ਸੀ ਆ ਚੀਜ਼ ਦਾ ਆਟਾ ਚੀਜ਼ ਦਾ ਟੱਕਾ ਦੇ ਅਸੀਂ ਇਹਦੇ ਵਿੱਚ ਹੁੰਦੇ ਸੀਗੇ ਕਦੇ ਦੇ ਵਿੱਚ ਮੈਦਾ ਪਾ ਦਿੰਦੇ ਸੀ ਠੀਕ ਹੈ ਮਤਲਬ ਕਿ ਐਂਡ ਟਾਈਮ ਤੱਕ ਕੁਝ ਨਾ ਕੁਝ ਐਡ ਕਰਦੇ ਹੀ ਰਹੇ ਠੀਕ ਹੈ ਤੁਸੀਂ ਇਹਦੀ ਜਿਹੜੀ ਰੈਸিপি ਹੈ ਨਾ ਇਹਦੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਇਹਦਾ ਲਿੰਕ ਹੈਗਾ ਰੈਸিপি ਦਾ ਉਹ ਛੱਡੂਗੀ ਤੁਸੀਂ ਉਹ ਜ਼ਰੂਰ ਚੈੱਕ ਕਰ ਲਿਓ ਅਗਰ ਕੋਈ ਬਣਾਉਣ ਦੇ ਵਿੱਚ ਇੰਟਰਸਟਿਡ ਹੋਏ ਠੀਕ ਹੈ ਤੇ ਬਹੁਤ ਜ਼ਿਆਦਾ ਚਿਪਕੀ ਜਾਂਦੇ ਸੀਗੇ ਸੋ ਅਸੀਂ ਜਦੋਂ ਤੇਲ ਦੇ ਵਿੱਚ ਪਾਏ ਸੋ ਕੁਝ ਨਾ ਕੁਝ ਅਸੀਂ ਐਡ ਕਰਦੇ ਰਹੇ ਐਂਡ ਦੇ ਵਿੱਚ ਜਾ ਕੇ ਐਂਡ ਦਾ ਮੂਮੈਂਟ ਸਭ ਕੁਝ ਵਧੀਆ ਹੋ ਗਿਆ ਠੀਕ ਹੈ ਤੇ ਇਹਦਾ ਜਿਹੜਾ ਟੇਸਟ ਸੀਗਾ ਉਹ ਵਧੀਆ ਸੀਗਾ ਠੀਕ ਹੈ ਲਾਈਕ ਇਦਾਂ ਸੀਗਾ ਕਿ ਉਹ ਚਿਪਕੇ ਜਾ ਇਹ ਸੇ ਇੱਕ ਦੂਜੇ ਨਾਲ ਚਿਪਕ ਰਹੀਆਂ ਸੀ ਠੀਕ ਆ ਸੋ ਜਿਹੜਾ ਚਾਚੀ ਮੇਰੇ ਨਾਲ ਹੈਲਪ ਕਰ ਰਹੇ ਸੀਗੇ ਜਦੋਂ ਉਹ ਪਾਈ ਜਾਂਦੇ ਸੀ ਹਨਾ ਮੈਂ ਨਾਲ ਦੀ ਨਾਲ ਜਿਹੜਾ ਕੀ ਇਹਨੂੰ ਬੋਲੇਟਰਨਰ ਜ ਹੈ ਇਹਦੇ ਨਾਲ ਕੱਟ ਕਰ ਰਹੀ ਸੀਗੀ ਕਿ ਜਿਹੜੇ ਚਿਪੇ ਆ ਉਹਨਾਂ ਨੂੰ ਅਲੱਗ-ਅਲੱਗ ਕਰ ਸਕੀਏ ਠੀਕ ਆ ਸੋ ਜਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਬਣਾਉਣ ਦੇ ਵਿੱਚ ਤੇ ਚਾਹ ਦੇ ਨਾਲ ਵੀ ਵਧੀਆ ਲੱਗਣਗੇ ਤੇ ਅਗਰ ਕੋਲਡ ਡਰਿੰਕ ਵਗੈਰਾ ਨਾਲ ਤੁਸੀਂ ਇਹਨਾਂ ਨੂੰ ਟਰਾਈ ਕਰੋਗੇ ਤਾਂ ਬਹੁਤ ਜਿਆਦਾ ਵਧੀਆ ਅਗਰ ਘਰ ਗੈਸਟ ਆਇਆ ਜ਼ਰੂਰ ਟਰਾਈ ਕਰਿਓ ਘਰ ਵੀ ਤੁਸੀਂ ਬਣਾ ਕੇ ਜ਼ਰੂਰ ਇੱਕ ਵਾਰ ਟਰਾਈ ਕਰਕੇ ਦੇਖਿਓ ਵਧੀਆ ਲੱਗਿਆ ਤਾਂ ਤੁਸੀਂ ਮਤਲਬ ਕਿ ਆਪਾਂ ਕਦੋਂ ਵੀ ਇਹਨਾਂ ਨੂੰ ਬਣਾ ਸਕਦੇ ਬਹੁਤ ਹੀ ਈਜ਼ੀਲੀ ਤੇ ਇਹਨਾਂ ਦਾ ਜਿਹੜਾ ਟੇਸਟ ਹਨ ਇੱਕ ਡਿਫਰੈਂਟ ਜਿਹਾ ਟੇਸਟ ਹੈਗਾ ਜ਼ਰੂਰ ਟਰਾਈ ਕਰਿਓ ਠੀਕ ਹੈ ਇਹਨਾਂ ਨੂੰ ਤੇ ਨੈਕਸਟ ਜਿਹੜੇ ਚਾਚੀ ਦੇ ਰਿਵਿਊ ਉਹ ਵੀ ਮੈਂ ਨੈਕਸਟ ਅੱਗੇ ਐਡ ਕਰੂੰਗੀ ਤੁਸੀਂ ਜ਼ਰੂਰ ਦੇਖ ਲਿਓ ਠੀਕ ਤੇ ਅਗਰ ਤੁਸੀਂ ਇਹਨੂੰ ਬਣਾਉਣ ਦੇ ਵਿੱਚ ਇੰਟਰਸਟਿਡ ਹੋਏ ਮੈਂ ਜਿਹੜੀ ਰੈਸিপি ਦੇਖੀ ਸੀ ਉਹਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੋਊਗਾ ਉਹ ਜ਼ਰੂਰ ਓਪਨ ਕਰਕੇ ਦੇਖ ਲਿਓ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਹੈ ਠੀਕ ਹੈ ਜ਼ਰੂਰ ਬਣਾਇਓ ਤੇ ਅਗਰ ਤੁਸੀਂ ਬਣਾ ਕੇ ਟੇਸਟ ਕੀਤਾ ਚਾਹੇ ਇਸ ਵੀਡੀਓ ਤੇ ਕਮੈਂਟ ਕਰਿਓ ਚਾਹੇ ਉਹਨਾਂ ਦੀ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹਨਾਂ ਦਾ ਟੇਸਟ ਕਿੱਦਾਂ ਦਾ ਲੱਗਾ ਸੋ ਜਦੋਂ ਇਹ ਪ੍ਰੋਪਰ ਫਰਾਈ ਹੋ ਜਾਂਦੇ ਇੱਕ ਨੈਕਸਟ ਇਸ ਚੀਜ਼ ਦਾ ਧਿਆਨ ਰੱਖਣਾ ਆਪਾਂ ਕੀ ਕਰਦੇ ਜਦ ਤੱਕ ਟਿਸ਼ੂ ਪੇਪਰ ਤੇ ਰੱਖ ਲੈਣੇ ਹੁੰਦੇ ਠੀਕ ਹੈ ਮੋਸਟਲੀ ਜਾਂ ਕੀ ਐ ਨਿਊਜ਼ਪੇਪਰ ਬਿਚਾ ਕੇ ਉਹਦੇ ਉੱਪਰ ਰੱਖ ਲੈਣੇ ਹੁੰਦੇ ਹਨਾ ਘਰਾਂ ਦੇ ਵਿੱਚ ਮੋਸਟਲੀ ਇਦਾਂ ਹੁੰਦਾ ਆ ਸੋ ਇਹ ਧਿਆਨ ਰੱਖਣਾ ਹੈ ਕਿ ਨਾ ਇਹਨੂੰ ਨਾ ਹੀ ਤਾਂ ਟਿਸ਼ੂ ਪੇਪਰ ਤੇ ਰੱਖਿਓ ਨਾ ਹੀ ਨਿਊਜ਼ਪੇਪਰ ਤੇ ਰੱਖਿਓ ਕੀ ਹੁੰਦਾ ਕਿ ਵੈਟ ਜੇ ਹੋ ਜਾਂਦੇ ਆ ਲਾਈਕ ਸਲਾਬੇ ਜਿਹੜੇ ਕਹਿੰਦੇ ਆ ਠੀਕ ਹੈ ਉਹ ਹੋ ਜਾਂਦੇ ਆ ਸੋ ਉਹਦੇ ਨਾਲ ਜਿਹੜਾ ਟੇਸਟ ਹੈ ਨਾ ਉਹ ਖਰਾਬ ਜਿਹਾ ਹੋ ਜਾਂਦਾ ਲਾਈਕ ਸਿੱਲੇ ਜੇ ਹੋ ਜਾਂਦੇ ਆ ਸੋ ਕਰੰਚੀ ਜੀ ਜਾ ਕਿ ਦਇਆ ਕਿ ਆਪਾਂ ਨੂੰ ਹਲਾ ਲ ਲੈਨੇ ਆ ਨਾ ਤਾਂ ਉਹਦੇ ਚ ਜਿਹੜੀ ਹਵਾ ਜੀ ਉਹ ਨਿਕਲ ਜਾਂਦੀ ਹੈ ਤੇ ਇਹ ਜਿਹੜੀ ਚੀਜ਼ ਹੈ ਨਾ ਬੜੀ ਕਰੰਚੀ ਜੀ ਰਹਿੰਦੀ ਹੈ ਸੋ ਇਹਨੂੰ ਜ਼ਰੂਰ ਡ్రਾਈ ਕਰਿਓ ਤੇ ਜਦੋਂ ਤੁਸੀਂ ਬਣਾ ਲਿਆ ਨਾ ਹੀ ਇਹਨੂੰ ਆਪਣੇ ਮਤਲਬ ਕਿ ਟਿਸ਼ੂ ਪੇਪਰ ਦੇ ਉੱਪਰ ਨਾ ਰੱਖਿਓ ਠੀਕ ਹੈ ਨੋਰਮਲ ਕਿਸੇ ਬਾਉਲ ਦੇ ਵਿੱਚ ਪਾ ਸਕਦੇ ਆ ਠੀਕ ਹੈ ਜਿਹੜੀ ਇਹ ਮੈਂ ਬਣਾ ਲੇ ਸੀ ਕੁਝ ਇਹ ਕੱਚੇ ਜੇ ਰਹਿ ਗਏ ਸੀ ਮੈਂ ਸੋਚਿਆ ਇੱਕ ਵਾਰ ਫੇਰ ਇਹਨਾਂ ਨੂੰ ਫਰਾਈ ਕਰ ਲੈਣੀ ਹੈ ਠੀਕ ਹੈ ਲਾਈਕ ਇਹਨੂੰ ਇੱਕ ਵਾਰ ਬਣਾ ਕੇ ਤੁਸੀਂ ਰੱਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਨੂੰ ਦੁਬਾਰੇ ਫਰਾਈ ਕਰਕੇ ਜਦੋਂ ਵੀ ਆਪਾਂ ਸਰਵ ਕਰਦੇ ਹੁਣ ਦੈਨ ਇੱਕ ਵਾਰ ਫ ਕੀ ਹੈ ਇੰਦਾ ਹਲਕਾ ਜ ਤੁਸੀਂ ਲਾਈਕ ਹਲਾ ਲੋ ਤਾਂ ਕਿ ਇਹਦੀ ਹਵਾ ਜੀ ਨਿਕਲ ਜੇ ਤੇ ਇਹਦੀ ਕਰੰਚੀ ਇਹਨਾਂ ਦਾ ਮਤਲਬ ਕੀ ਰਹੂਗੇ ਖਾਣ ਦੇ ਵਿੱਚ ਠੀਕ ਹੈ ਸੋ ਨੈਕਸਟ ਦੇ ਦੇਖਣ ਦੇ ਵਿੱਚ ਨਾ ਇਦਾਂ ਦੇ ਲੱਗ ਰਹੇ ਸੀ ਤੇ ਜਿਹੜਾ ਟੇਸਟ ਸੀ ਨਾ ਉਹ ਤਾਂ ਸੱਚੀ ਬਹੁਤ ਜ਼ਿਆਦਾ ਵਧੀਆ ਸੀ ਸੋ ਅਗਰ ਕਿਸੇ ਨੇ ਨਹੀਂ ਟਰਾਈ ਕੀਤਾ ਨਾ ਕਦੇ ਤਾਂ ਇਹ ਚੀਜ਼ ਨੂੰ ਜ਼ਰੂਰ ਘਰ ਬਣਾ ਕੇ ਟਰਾਈ ਕਰਿਓ ਠੀਕ ਹੈ ਸੋ ਨੈਕਸਟ ਦੇਖਣ ਦੇ ਵਿੱਚ ਕਾਫੀ ਵਧੀਆ ਆ ਤੇ ਇਦਾਂ ਨਹੀਂ ਕਿ ਕੋਈ ਗੰਦਾ ਜਿਹਾ ਟੇਸਟ ਆ ਵਿੱਚ ਭਿੰਡੀਆਂ ਐਡ ਕੀਤੇ ਆ ਜਾਂ ਇਦਾਂ ਕਰਕੇ ਨਾ ਭਿੰਡੀ ਮੇਰੀ ਫੇਵਰਿਟ ਆ ਸੋ ਮੈਂ ਸੋਚਿਆ ਨਾ ਇਹਨੂੰ ਕਿਸੇ ਹੋਰ ਤਰ੍ਹਾਂ ਵੀ ਟਰਾਈ ਕਰਕੇ ਦੇਖਿਆ ਜਾਵੇ ਸੋ ਬਹੁਤ ਵਧੀਆ ਟੇਸਟ ਆ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅਗਰ ਤੁਸੀਂ ਟਰਾਈ ਕੀਤੀ ਤਾਂ ਇਹਦਾ ਟੇਸਟ ਕਿਦਾਂ ਦਾ ਲੱਗਾ ਸੋ ਇਹ ਸੀ ਮੋਰਨਿੰਗ ਦੀ ਕਲਿੱਪ ਨੈਕਸਟ ਮੈਂ ਇੱਕ ਈਵਨਿੰਗ ਦੀ ਕਲਿੱਪ ਵੀ ਬਣਾਈ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਅ ਇਵਨਿੰਗ ਆਈ ਥਿੰਕ 6 ਵਜੇ ਦਾ ਟਾਈਮ ਹੈਗਾ ਆ ਤੇ ਨੈਕਸਟ ਹੈਗੀ ਆ ਘਰ ਦੇ ਸਾਹਮਣੇ ਸਾਡੇ ਜਿਹੜਾ مین ਗੇਟ ਹੈਗਾ ਆ ਉੱਥੇ ਆਹ ਵਾਲੀ ਲੋਕੇਸ਼ਨ ਹੈ ਠੀਕ ਹੈ ਸਾਹਮਣੇ ਇੱਥੇ ਜੋ ਵੀ ਪਿੰਡੀਆਂ ਟਿੰਡੋ ਸੋ ਸਾਰੀ ਜਿਹੜੀ ਸਬਜੀ ਵਗੈਰਾ ਹੈਗੀ ਇੱਥੇ ਲੱਗੀ ਆ ਸੋ ਬਹੁਤ ਈਜ਼ੀ ਹੈਗਾ ਐਗਜ਼ੈਕਟ ਘਰ ਦੇ ਸਾਹਮਣੇ ਸਾਡੇ ਆਹ ਵਾਲੀ ਲੋਕੇਸ਼ਨ ਹੈਗੀ ਆ ਜਸਟ ਅਸੀਂ ਵਾਕ ਦੇ ਲਈ ਮੈਂ ਜਾਂਦੀ ਸੀ ਮੇਰੀ ਭੂ ਆਈ ਆ ਸੋ ਉਹਦੇ ਨਾਲ ਥੋੜਾ ਅਸੀਂ ਵਾਕ ਦੇ ਲਈ ਜਾਂਦੇ ਥੋੜੀਆਂ ਪੁਰਾਣੀਆਂ ਗੱਲਾਂ ਕੁਛ ਇਦਾਂ ਨਾ ਸੋ ਕਾਫੀ ਕੁਝ ਪੁਰਾਣਾ ਸ਼ੇਅਰ ਕਰਦੇ ਆ ਸੋ ਇਹ ਚੀਜ਼ ਮੈਨੂੰ ਬਹੁਤ ਪਸੰਦ ਹੈਗੀ ਹੈ ਠੀਕ ਹੈ ਤੇ ਮੈਂ ਥੋੜੀ ਜੀ ਘਰ ਦੇ ਬਾਹਰ ਵਾਲੀ ਹੈ ਜਿਹੜੀ ਕਲਿੱਪ ਉਹ ਵੀ ਮੈਂ ਐਡ ਕਰ ਲਈ ਹੈ ਨਾ ਮੈਂ ਕਾਫੀ ਟਾਈਮ ਤੋਂ ਸੋਚਦੀ ਹੈ ਕਿ ਮੈਂ ਕੋਈ ਲਾਈਕ ਵਲੋਗਰਗਾ ਵੀ ਕੁਝ ਇੱਕ ਵੀਕ ਚ ਵੀਡੀਓ ਅਪਲੋਡ ਕਰਿਆ ਕਰਾ ਹੈ ਨਾ ਸੋ ਨੈਕਸਟ ਮੈਂ ਹੁਣ ਉਹ ਹੀ ਅਪਲੋਡ ਕਰਨਾ ਸਟਾਰਟ ਕਰੂੰਗੀ ਸੋ ਇਹ ਘਰ ਦੇ ਬੈਕ ਸਾਈਡ ਵਾਲੀ ਵੀਡੀਓ ਹੈਗੀ ਹੈ ਸੋ ਇਵਨਿੰਗ ਦੇ ਆਈ ਥਿੰਕ 6:00 ਵਜੇ ਦਾ ਟਾਈਮ ਹੈਗਾ ਆ ਸੋ ਇਹ ਜਿਹੜੀ ਲੋਕੇਸ਼ਨ ਹੈਗੀ ਹੈ ਇਵਨਿੰਗ ਦੇ 6:00 ਵਜੇ ਦੀ ਹੈ ਠੀਕ ਹੈ ਨੈਕਸਟ ਮੈਂ ਆਪਣੀ ਜਿਹੜੀ ਭੂਆ ਹੈਗੀ ਆ ਉਹਨੂੰ ਲੈ ਕੇ ਆਨੀ ਆ ਆਫਟਰ ਦੈਨ ਥੋੜਾ ਜਿਹਾ ਵਾਕ ਕਰਦੇ ਆ ਥੋੜਾ ਪੁਰਾਣੀ ਆ ਜਿਹੜੀਆਂ ਗੱਲਾਂ ਉਹਨਾਂ ਨੂੰ ਯਾਦ ਕਰਦੇ ਆ ਸੋ ਕਾਫੀ ਕੁਝ ਪੁਰਾਣਾ ਸੀ ਸ਼ੇਅਰ ਕਰਦੇ ਆ ਠੀਕ ਹੈ ਸੋ ਨੈਕਸਟ ਮੈਂ ਉਹਨਾਂ ਦਾ ਕਲਿੱਪ ਐਡ ਕਰਦੀ ਆ ਤੁਸੀਂ ਉਹ ਦੇਖੋ ਪਹਿਲਾਂ ਉਹ ਨਹੀਂ ਨਹੀਂ ਕਰਦੀ ਹੂੰ ਉਹ ਤਾਂ ਦੇਖੋ ਨਹੀਂ ਆ ਹੂੰ ਬਾਈ ਨਹੀਂ ਬੜਾ ਸਾਰੇ ਚੱਲਦੇ ਸੋ ਏਸੀ ਮੇਰੀ ਇੱਕ ਮਿੱਠੀ ਦੇ ਨਾਲ ਜਿਹੜੀ ਕਲਿੱਪ ਬਣਾਈ ਸੀ ਹੈਗੀ ਮੇਰੀ ਭੂਆ ਹੈ ਪਰ ਆਈ ਥਿੰਕ ਮੈਂ ਉਹਨੂੰ ਕਹਦੇ ਭੂਆ ਨਹੀਂ ਕਿਹਾਗਾ ਕਿਸੇ ਦੇ ਸਾਹਮਣੇ ਸ਼ੋਅ ਆਫ ਕਰਨ ਨੂੰ ਜ਼ਰੂਰ ਭੂਆ ਕਿਹਾ ਹੋਗਾ ਸੀ ਕਿ ਠੀਕ ਹੈ ਇੱਥੇ ਮਿੱਠੂ ਮਟਕ ਮਟਕ ਕੇ ਚੱਲ ਰਹੀ ਹੈ ਸੋ ਇਹਨਾਂ ਦਾ ਨਾਮ ਹੈਗਾ ਆ ਕਮਲ ਸੋ ਇਹਨਾਂ ਦਾ ਵਿਆਹ ਹੋਇਆ ਜਸਟ ਛੁੱਟੀਆਂ ਕਰਕੇ ਆਪਣੇ ਛੁੱਟੀਆਂ ਤਾਂ ਵੈਸੇ ਕੋਰੋਨਾ ਕਰਕੇ ਚੱਲ ਹੀ ਰਹੀਆਂ ਆ ਸੋ ਮਿਲਣ ਦੇ ਲਈ ਆਏ ਹੋਏ ਆ ਠੀਕ ਹੈ ਹੋਰ ਵੀ ਆਈ ਥਿੰਕ ਜੋ ਵੀ ਵੀਡੀਓਜ਼ ਬਣਾਉਂਗੀ ਨਾ ਜ਼ਰੂਰ ਅਪਲੋਡ ਕਰੂੰਗੀ ਸੋ ਏ ਈਵਨਿੰਗ ਦਾ ਅ ਵਿਊ ਹੈਗਾ ਆ ਇੱਦਾਂ ਕਰਕੇ ਥੋੜਾ ਸ਼ਾਮ ਨੂੰ ਇੰਜੋਏ ਕਰਦੀਆਂ ਸੀ ਸੋ ਨੈਕਸਟ ਹੋਰ ਵੀ ਅਗਰ ਇਸ ਵੀਡੀਓ ਨੂੰ ਵਧੀਆ ਹਨਾ ਲਾਈਕ ਆਏ ਸੋ ਮੈਂ ਸੋਚਦੀ ਆ ਕਿ ਮੈਂ ਫਿਰ ਹੋਰ ਵੀ ਵਲੋਗ ਜਾਂ ਜਿਹੜੇ ਵੀਕ ਚ ਇੱਕ ਵਲੋਗ ਅਪਲੋਡ ਕਰਨਾ ਸਟਾਰਟ ਕਰੂੰਗੀ ਠੀਕ ਹੈ ਸੋ ਏਸੀ ਅੱਜ ਦਾ ਵੀਡੀਓ ਸੋ ਨੈਕਸਟ ਇਵਨਿੰਗ ਦੇ ਵਿੱਚ ਇੱਕ ਆ ਸਬਜੀ ਬਣਾਈ ਸੀਗੀ ਪਿੰਡੀਆਂ ਤੇ ਜਿਹੜੇ ਟਿੰਡੋ ਹੈਗੇ ਆ ਠੀਕ ਹੈ ਇਹਨਾਂ ਨੂੰ ਭਰ ਕੇ ਲੌਣ ਮਿਰਚ ਜੋ ਵੀ ਮਸਾਲਾ ਹੁੰਦਾ ਆ ਸੋ ਇਹ ਜਿਹੜੀਆਂ ਸਿੱਧਾ ਸਭ ਕੁਝ ਜਿਹੜਾ ਇਕੱਠਾ ਕਰਕੇ ਸੋ ਵਿੱਚ ਪਿੰਡੀਆਂ ਦੇ ਭਰ ਦਿੱਤਾ ਜਾਂਦਾ ਆ ਤੇ ਨੈਕਸਟ ਟਿੰਡੋ ਦੇ ਵਿੱਚ ਹਨਾ ਸੋ ਸਾਡੇ ਇਹ ਵਧੀਆ ਵੀ ਵਧੀਆ ਅਸੀਂ ਕਾਫੀ ਇਹਨੂੰ ਖਾਣੇ ਆ ਇਹ ਸਬਜੀ ਸਾਨੂੰ ਵਧੀਆ ਲੱਗਦੀ ਆ ਠੀਕ ਆ ਸੋ ਕਈ-ਕਈ ਵਾਰ ਅਸੀਂ ਇਹ ਵੀ ਬਣਾਉਨੇ ਹੁੰਦੇ ਆ ਠੀਕ ਆ ਸੋ ਇਹ ਬਹੁਤ ਵਧੀਆ ਆ ਅਗਰ ਤੁਸੀਂ ਇਹਨੂੰ ਟੇਸਟ ਕੀਤਾ ਤਾਂ ਜ਼ਰੂਰ ਦੱਸਿਓ ਵੀ ਤੁਸੀਂ ਵੀ ਇਹੇ ਬਣਾਉਨੇ ਆ ਜਾਂ ਨਹੀਂ ਤੇ ਅਗਰ ਤੁਸੀਂ ਨਹੀਂ ਬਣਾਈਆਂ ਤਾਂ ਤੁ ਵੀ ਇਹਨੂੰ ਜ਼ਰੂਰ ਟਰਾਈ ਕਰਿਓ ਜਸਟ ਲੂਣ ਮਿਰਚ ਮਸਾਲਾ ਉਨੀ ਮਸਾਲਾ ਨਹੀਂ ਪਾਇਆ ਲੂਣ ਮਿਰਚ ਤੇ ਹਲਦੀ ਨੂੰ ਪਾ ਕੇ ਤੇ ਜਿਹੜੇ ਟਿੰਡੋ ਭਿੰਡੀ ਹੈਗੇ ਚੀਰੇ ਜਿਹਾ ਲਾ ਕੇ ਕੱਟ ਲਾਚ ਦੇ ਵਿੱਚ ਭਰ ਦਿੱਤਾ ਜਾਂਦਾ ਆਫਟਰ ਦੈਨ ਜਿਹੜਾ ਸਰੋਂ ਦਾ ਤੇਲ ਹੁੰਦਾ ਉਹਦੇ ਵਿੱਚ ਛੱਡ ਦਿੰਨੇ ਆ ਠੀਕ ਆ ਸੋ ਇਦਾਂ ਕਰਕੇ ਸੋ ਜਿੰਦੇ ਵੀ ਜੋ ਵੀ ਟਿੰਡੋ ਤੇ ਭਿੰਡੀਆਂ ਸੀ ਉਹਨਾਂ ਨੂੰ ਮੈਂ ਪਾਤਾ ਇਹਨੂੰ ਅਸੀਂ ਬੋਲਦੇ ਆ ਭਰ ਮੇ ਟਿੰਡੋ ਤੇ ਭਰਮੀਆਂ ਪਿੰਡੀਆਂ ਠੀਕ ਆ ਸੋ ਇਦਾਂ ਕਰਕੇ ਮੈਂ ਇਹਨਾਂ ਨੂੰ ਪਾ ਤਾਇਆ ਸੋ ਇਹਨਾਂ ਨੂੰ ਜਿਆਦਾ ਹਲਾਈ ਦਾ ਨਹੀਂ ਹੁੰਦਾਗਾ ਨਹੀਂ ਤੇ ਟੁੱਟ ਜਾਂਦੇ ਆ ਠੀਕ ਹੈ ਤੇ ਕੁਛ ਟਾਈਮ ਤੱਕ ਇਹਨਾਂ ਨੂੰ ਅਸੀਂ ਪਕਾਉਨੇ ਆ ਤੇ ਲਾਈਕ ਘੱਟ ਤੋਂ ਘੱਟ ਲੱਗ ਜਾਂਦਾ ਆਈ ਥਿੰਕ 20 ਮਿੰਟ ਲੱਗ ਜਾਂਦੇ ਹਨਾ ਸੋ ਵਧੀਆ ਬਣ ਗਏ ਆ ਤੇ ਸੋ ਹੁਣ ਮੈਨੂੰ ਕੱਢ ਲੈਣਾ ਬਾਹਰ ਪਿੰਡੀਆਂ ਤੇ ਪਿੰਡੀਆਂ ਨੂੰ ਪਹਿਲਾਂ ਕੱਢ ਲੈਣੀਆਂ ਕਿਉਂਕਿ ਪਿੰਡੀਆਂ ਛੇਤੀ ਬਣ ਜਾਂਦੀਆਂ ਹੁੰਦੀਆਂ ਠੀਕ ਹੈ ਘੱਟ ਤੋਂ ਘੱਟ ਲੱਗੂਗਾ 20 ਮਿੰਟ ਲੱਗਦੇ ਹੋਣਗੇ ਜਦੋਂ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਛੱਡਦਾ ਠੀਕ ਹੈ ਇੰਨਾ ਕੁ ਟਾਈਮ ਲੱਗਦਾ ਇਹ ਥੋੜਾ ਆਇਲ ਜਿਹੜਾ ਆ ਜਾਂਦਾ ਆ ਐਕਸਟਰਾ ਮੈਂ ਉਹਨੂੰ ਕੱਢ ਰਹੀ ਆ ਠੀਕ ਆ ਸੋ ਜਿਹੜੇ ਟਿੰਡੂ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਜਾਂਦਾ ਆ ਸੋ ਇਦਾਂ ਕਰਕੇ ਇਹ ਜਿਹੜੀ ਸਬਜੀ ਹੈਗੀ ਇਹ ਵੀ ਮੈਂ ਬਣਾਈ ਸੀਗੀ ਤੇ ਨੈਕਸਟ ਡੇ ਦਾ ਜਿਹੜਾ ਫਾਈਨਲ ਲੁੱਕ ਹੈ ਨਾ ਇਦਾਂ ਦਾ ਹੁੰਦਾ ਆ ਠੀਕ ਆ ਅਗਰ ਤੁਸੀਂ ਬਣਾਏ ਆ ਤਾਂ ਠੀਕ ਆ ਦੱਸਿਓ ਕਿਦਾਂ ਦਾ ਟੇਸਟ ਲੱਗਦਾ ਨਹੀਂ ਬਣਾਏ ਤੇ ਇਹਨਾਂ ਨੂੰ ਵੀ ਜ਼ਰੂਰ ਟਰਾਈ ਕਰਿਓ ਬਹੁਤ ਹੀ इजीली ਬਹੁਤ ਹੀ ਸਪੀਡ ਦੇ ਨਾਲ ਆਪਾਂ ਇਹਨੂੰ ਬਣਾ ਸਕਦੇ ਆ ਸੋ ਨੈਕਸਟ ਟਾਈਮ ਹੋ ਗਿਆ ਆ ਅਰਾਊਂਡ 7:30 ਦੇ ਸੋ ਨੈਕਸਟ ਇਸ ਟਾਈਮ ਅਸੀਂ ਰੋਟੀ ਬਣਾ ਲੈਨੇ ਨੇ ਮੋਸਟਲੀ ਸਾਡੀ ਜੁਆਇੰਟ ਫੈਮਿਲੀ ਆ ਅਸੀਂ ਜਿਹੜੀ ਮਿੱਟੀ ਵਾਲਾ ਚੁੱਲਾ ਹੁੰਦਾ ਉਸ ਦੇ ਉੱਪਰ ਹੀ ਰੋਟੀ ਬਣਾਉਨੇ ਹੁੰਦੇ ਆ ਠੀਕ ਹੈ ਜਿਹੜੀਆਂ ਇਹ ਰੋਟੀਆਂ ਹੁੰਦੀਆਂ ਮਿੱਟੀ ਵਾਲੇ ਚੁੱਲੇ ਦੀਆਂ ਦਾ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਹੁੰਦਾ ਆ ਸੋ ਨੈਕਸਟ ਜਿਨ੍ਹਾਂ ਜਿਨ੍ਹਾਂ ਨੇ ਇਹ ਚੁੱਲੇ ਤੇ ਬਣੀ ਹੋਈ ਰੋਟੀ ਖਾਧੀ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਹਾਂਜੀ ਅਸੀਂ ਵੀ ਰੋਟੀ ਖਾਧੀ ਹੈ ਠੀਕ ਹੈ ਬਹੁਤ ਹੀ ਵਧੀਆ ਟੇਸਟ ਹੁੰਦਾ ਜਿਨ੍ਹਾਂ ਨੇ ਨਹੀਂ ਖਾਧੀ ਜ਼ਰੂਰ ਟ੍ਰਾਈ ਕਰਿਓ ਠੀਕ ਹੈ ਸੋ ਬਹੁਤ ਹੀ ਸੋਹਣੀ ਜੀ ਰੋਟੀ ਫੁੱਲਦੀ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਇਹਦਾ ਟ ਦੇ ਵਲੋਗ ਦੇ ਵਿੱਚ ਜਸਟ ਛੋਟੀਆਂ-ਛੋਟੀਆਂ ਕਲਿੱਪ ਬਣਾਈਆਂ ਤੇ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਹੋਊਗਾ ਸੋ ਇਸ ਤੋਂ ਵੀ ਬੈਟਰ ਮੈਂ ਜਿਹੜੇ ਵਲੋਗ ਆ ਉਹ ਸ਼ੇਅਰ ਕਰਨ ਦੀ ਕੋਸ਼ਿਸ਼ ਕਰੂੰਗੀ ਸੋ ਅਗਰ ਵੀਡੀਓ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸੋ ਇਹ ਦੂ ਅਰੀਜਨਲ ਦੇਖਣ ਦੇ ਵਿੱਚ ਇਹ ਇਸ ਤਰ੍ਹਾਂ ਦੇ ਆ ਠੀਕ ਹੈ ਵਧੀਆ ਲਾਈਟਿੰਗ ਦੇ ਵਿੱਚ ਅਗਰ ਵੀਡੀਓ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਆਪਣੀ ਫੈਮਿਲੀ ਤੇ ਫਰੈਂਡਸ ਦੇ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਥੈਂਕ ਯੂ ਸੋ ਮਚ